शर्म महसूस होंदी भी सारे आगू रौला पाउंदे भी झूठे सौदे वाला बलात्कारी ते कातल तीजे दिन परोल ते बाहर आ जांदा की कदों कहिंदे कहिंदे उहदे मगर उहदे चेलियां दीआं वोटां उह साडीआं सिखां दीआं वोटां नहीं पैंदीआं किसे नूं कि साडीआं सिखां दीआं वोटां तों बिना पंजाब च पंजाब सरकार बण जांदी आ। ਬਿਆਨਤਾ ਬੁੱਚੜ ਤੇ KPS ਦੀ ਗੱਲ ਦੀ ਜੋੜੀ ਤੇ ਜਿਹਦੀ ਬੜੀ ਲੰਮੀ ਲਿਸਟ ਆ ਤੇ ਜਿਨ੍ਹਾਂ ਨੂੰ ਸਾਡੇ ਪੰਥ ਰਤਨ ਦੇ ਵਾਰਡ ਲੈ ਕੇ ਧੱਕੇ ਨਾਲ ਤਖਤ ਸਾਹਿਬ ਤੋਂ ਤੇ ਉਹਨਾਂ ਨੇ ਸ਼ੈਣੀ ਵਰਗਿਆਂ ਨੂੰ ਵੱਡੇ ਵੱਡੇ ਅਹੁਦੇ ਦਿੱਤੇ ਤੇ ਉਹ ਜਿਹੜੇ ਕੇਸ ਆ ਭਾਈ ਜਸਵੰਤ ਸਿੰਘ ਖਾਲੜਾ ਨੇ 25,000 ਲਾਸ਼ਾਂ ਮੂੰਹ ਨਾਲ ਕਹਿ ਦੇਣੀਆਂ ਸੰਗਤ ਜੀ ਇੱਕ ਲਾਸ਼ ਪੰਜ ਲਾਸ਼ਾਂ 25,000 ਉਸ ਕੇਸ ਲੜ ਰਹੇ ਆ ਪਰ ਉੱਥੇ ਹੀ ਜਿਹੜੀ ਸਾਡੀ ਪਾਵਰ ਆ ਤਖਤ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਜਿਨ੍ਹਾਂ ਦੇ ਕੋਲ ਮਾਇਆ ਦੀ ਪਾਵਰ ਵੀ ਆ ਉਹਨਾਂ ਦਾ ਇੱਧਰਲੇ ਪਾਸੇ 0% ਹਾ ਦਾ ਨਾਰਾ। ਸਾਡੇ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਆ ਉਹ ਯਾਦ ਨਾ ਹੋਣ ਕਰਕੇ ਜਿਹੜਾ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਕੌਮ ਨੂੰ ਨਾ ਕਰਕੇ ਉਹ ਵੋਟ ਵਿਖਾ ਕੇ ਸਰਕਾਰ 'ਤੇ ਕੋਈ ਦਬਾਅ ਨਹੀਂ ਪਾ ਸਕਦੇ ਵੀ ਸਾਡੇ 30-35 ਸਾਲਾਂ ਤੋਂ ਨੌਜਵਾਨ ਕੁਛ ਤਾਂ ਸਾਡੇ ਤੁਸੀਂ ਛੱਪੜਾਂ 'ਤੇ ਅਤੇ ਕੁਝ ਦਰਿਆਵਾਂ ਦੇ ਕੰਢਿਆਂ 'ਤੇ ਰੋਡ 'ਤੇ ਅਤੇ ਕੁਝ ਜੇਲ੍ਹਾਂ ਵਿੱਚ ਸਾਰੀ ਜ਼ਿੰਦਗੀ ਜਿਨ੍ਹਾਂ ਦੀ ਨਿਗਾਹ ਦਿੱਤੀ ਅਤੇ ਸਾਡੇ ਜਸਵੰਤ ਸਿੰਘ ਖਾਲੜਾ ਜਿਨ੍ਹਾਂ ਨੂੰ ਤੁਸੀਂ ਉਸ ਸਾਰੇ ਮਸਲੇ ਨੂੰ ਚੱਕਣ ਵਾਸਤੇ ਚੱਕ ਕੇ ਲਾਸ਼ ਹੀ ਬਣਾ ਦਿੱਤਾ। ਜਿੱਥੇ ਜਿੱਥੇ ਕੋਈ ਕੌਮ ਦੇ ਆਗੂ ਬਾਬੇ ਵੱਡੇ ਵੱਡੇ ਡੇਰੇਦਾਰ ਮਿਲਦੇ ਆ ਉਹਨਾਂ ਨੂੰ ਵੀ ਜ਼ਰੂਰ ਕਿਹਾ ਕਰੋ ਕਿ ਤੁਸੀਂ ਇਹ ਧਨ ਖਾ ਕੇ ਜੇ ਇਹ ਗੁਰੂ ਘਰ ਦੀਆਂ ਮਾਇਆ ਖਾ ਕੇ ਐਸ਼ ਪ੍ਰਸਤੀਆਂ ਕਰਕੇ ਵੱਡੀਆਂ ਵੱਡੀਆਂ ਗੱਡੀਆਂ 'ਤੇ ਰਹਿ ਕੇ ਇੱਕ ਦਿਨ ਉਸ ਖੱਫਣ ਦੇ ਥੱਲੇ ਤੁਸੀਂ ਵੀ ਆ ਜਾਣਾ। ਵਾਹਿਗੁਰੂ। ਕੌਮ ਦੇ ਮਹਾਨ ਸ਼ਹੀਦ ਗੁਰੂ ਸਾਹਿਬ ਦੇ ਇਤਿਹਾਸ ਦੇ ਅੰਬਰਾਂ ਵਿੱਚ ਚਮਕਦੇ ਤਾਰੇ ਮਨੁੱਖੀ ਅਧਿਕਾਰਾਂ ਦੇ ਰਾਖੇ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ ਦੀ 28ਵੀਂ ਬਰਸੀ ਵਿੱਚ ਜੁਗੋ ਜੁਗ ਟਲ ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਗੋਦ ਵਿੱਚ ਜੁੜ ਬੈਠੀਆਂ ਰੱਬ ਵਰਗੀਆਂ ਸੰਗਤਾਂ ਗੁਰੂ ਦੀਆਂ ਲਾਡੜੀਆਂ ਫੌਜਾਂ ਆਓ ਸਾਰੇ ਹੀ ਕਲਗੀਆਂ ਵਾਲੇ ਪਾਤਸ਼ਾਹ ਵੱਲੋਂ ਬਖਸ਼ਾ ਫਤਿਹ ਦਾ ਨਾਰਾ ਬੁਲੰਦ ਕਰੋ ਗੱਜ ਵੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਜਿੱਥੇ ਭਾਈ ਜਸਵੰਤ ਸਿੰਘ ਖਾਲੜਾ ਜੀ ਜੋ ਕਲਗੀਆਂ ਵਾਲੇ ਪਾਤਸ਼ਾਹ ਵੱਲੋਂ ਜੋ ਦੱਸਿਆ ਹੋਇਆ ਮਾਰਗ ਜੋ ਖਾਲਸਾ ਪੰਥ ਨੂੰ ਨਿਆਰੇ ਸਿਧਾਂਤ ਦਿੱਤੇ ਜੋ ਗੁਰਬਾਣੀ ਕਹਿੰਦੀ ਬੋਲ ਸੇ ਧਰਮੜੀਆ ਮੋਨ ਕਤ ਧਾਰੀ ਰਾਮ ਇਸ ਮਾਰਗ 'ਤੇ ਚੱਲਦੇ ਹੋਏ ਉਸ ਟਾਈਮ 'ਤੇ ਹੋ ਰਹੇ ਜ਼ੁਲਮ ਨੂੰ ਜੋ ਮਾਵਾਂ ਦੇ ਇਕੱਲੇ ਇਕੱਲੇ ਪੁੱਤ ਚੱਕ ਕੇ ਜਿਹੜੇ ਸਰਕਾਰਾਂ ਜ਼ਾਲਮ ਜਿਵੇਂ ਬਿਆਨਤਾ ਬੁੱਚੜ ਅਤੇ KPS ਦੀ ਗੱਲ ਦੀ ਜੋੜੀ ਅਤੇ ਜਿਹਦੀ ਬੜੀ ਲੰਮੀ ਲਿਸਟ ਆ ਅਤੇ ਜਿਨ੍ਹਾਂ ਨੂੰ ਸਾਡੇ ਪੰਥ ਰਤਨ ਦੇ ਵਾਰਡ ਲੈ ਕੇ ਧੱਕੇ ਨਾਲ ਤਖਤ ਸਾਹਿਬ ਤੋਂ ਅਤੇ ਉਹਨਾਂ ਨੇ ਸ਼ੈਣੀ ਵਰਗਿਆਂ ਨੂੰ ਵੱਡੇ ਵੱਡੇ ਅਹੁਦੇ ਦਿੱਤੇ ਜਿਨ੍ਹਾਂ ਦੇ ਸਾਡੇ ਪੰਥ ਦੇ ਨੌਜਵਾਨਾਂ ਦੇ ਖੂਨ ਦੇ ਨਾਲ ਹੱਥ ਰੰਗੇ ਹੋਏ ਇਹ ਸਾਰੀਆਂ ਗੱਲਾਂ ਜੱਗ ਜ਼ਾਹਰ ਆ। ਪਰ ਜਿਵੇਂ ਇੱਥੇ ਵੇਖਣ ਦੀ ਗੱਲ ਆ ਕਿ ਕੋਈ ਪੰਥਕ ਆਗੂ ਜਿਹੜੀ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਨਾਂ 'ਤੇ ਆਗਰੇਸ਼ਨਾਂ ਬਣੀਆਂ ਹੋਈਆਂ ਸੰਸਥਾ ਬਣੀਆਂ ਹੋਈਆਂ ਆਪਣਾ ਫਰਜ਼ ਨਿਭਾ ਰਹੀਆਂ ਜਿੰਨੇ ਜੋਗੇ ਹੈ ਜੋ ਦਿਨ ਪਾ ਰਹੇ ਆ ਪਰ ਵੱਡੇ ਵੱਡੇ ਡੰਬਰ ਰਚਣ ਵਾਲੇ ਮਹਾਰਾਜ ਦੀ ਬਾਣੀ ਕਹਿੰਦੀ ਵੀ ਸੁੱਤੜੇ ਅਸੰਖ ਮਾਇਆ ਝੂਠੀ ਕਾਰਨੇ ਨਾਲ ਹੀ ਮਹਾਰਾਜ ਕਹਿੰਦੇ ਨਾਨਕ ਸੇਜਾ ਗੰਨ ਜੇ ਰਸਨਾ ਨਾਮ ਉਚਾਰਨੇ ਮਹਾਰਾਜ ਬਾਣੀ ਕਹਿੰਦੀ ਨਾਮੇ ਨਾਲ ਵਿਰੋਧ ਹੈ ਮਨ ਤੂੰ ਆਪਣਾ ਫਰਜ਼ ਪਛਾਣ ਹਉਮੈ ਨਾਵੇਂ ਨਾਲ ਵਿਰੋਧ ਹੈ ਦੋਏ ਨਾ ਵਸੇ ਕਠਾਏ ਕਿ ਜਿਨ੍ਹਾਂ ਕੋਲ ਨਾਮ ਤਾਂ ਹੈ ਨਹੀਂ ਦੁਨਿਆਵੀ ਅਹੁਦੇ ਬੜੇ ਵੱਡੇ ਵੱਡੇ ਆ ਅਤੇ ਉਹ ਸਰਕਾਰਾਂ ਤੋਂ ਥਾਪੜੇ ਲੈਣ ਵਾਸਤੇ ਵੱਡੇ ਵੱਡੇ ਅਹੁਦੇ ਲੈਣ ਵਾਸਤੇ ਬੜੇ ਡੰਬਰ ਰਚਦੇ ਆ ਪਰ ਜਿੱਥੇ ਸੱਚ ਦੀ ਗੱਲ ਆਉਂਦੀ ਜਿੱਥੇ ਸਿਧਾਂਤ ਦੀ ਗੱਲ ਆਉਂਦੀ ਜਿੱਥੇ ਗੁਰੂ ਘਰਾਂ ਦੇ ਫਰਜ਼ਾਂ ਦੀ ਗੱਲ ਆਉਂਦੀ ਉੱਤੋਂ ਭਗੌੜੇ ਆ ਸੋ ਜਿੱਥੇ ਪਰਿਵਾਰ ਆਪਣਾ ਫਰਜ਼ ਸਮਝਦੇ ਹੋਏ ਬਰਸੀ ਮਨਾਉਂਦੇ ਹਰ ਵਾਰ ਅਤੇ ਉਹ ਜਿਹੜੇ ਕੇਸ ਆ ਭਾਈ ਜਸਵੰਤ ਸਿੰਘ ਖਾਲੜਾ ਨੇ 25,000 ਲਾਸ਼ਾਂ ਮੂੰਹ ਨਾਲ ਕਹਿ ਦੇਣੀਆਂ ਸੰਗਤ ਜੀ ਇੱਕ ਲਾਸ਼ ਪੰਜ ਲਾਸ਼ਾਂ 25,000 ਉਸ ਕੇਸ ਲੜ ਰਹੇ ਆ ਪਰ ਉੱਥੇ ਹੀ ਜਿਹੜੀ ਸਾਡੀ ਪਾਵਰ ਆ ਤਖਤ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਜਿਨ੍ਹਾਂ ਦੇ ਕੋਲ ਮਾਇਆ ਦੀ ਪਾਵਰ ਵੀ ਆ ਉਹਨਾਂ ਦਾ ਇੱਧਰਲੇ ਪਾਸੇ 0% ਹਾ ਦਾ ਨਾਰਾ ਇਸ ਕਰਕੇ ਗੁਰੂ ਸਮੱਤ ਬਖਸ਼ੇ ਜਿਹੜੇ ਇਹ ਫਰਜ਼ ਨਿਭਾ ਰਹੇ ਆ ਜਾਂ ਭੈਣ ਜੀ ਸਾਡੇ ਭਾਈ ਸਾਹਿਬ ਦੀ ਧਰਮ ਪਤਨੀ ਅਤੇ ਜਿੰਨੇ ਨਾਲ ਦੇ ਸੰਯੋਗੀ ਗੁਰੂ ਸਾਹਿਬ ਉਹਨਾਂ ਨੂੰ ਬਲ ਉਦਮ ਬਖਸ਼ਣ ਇਸੇ ਤਰ੍ਹਾਂ ਹੀ ਉਹ ਵੱਧ ਚੜ੍ਹ ਕੇ ਪੰਥ ਦੀ ਸੇਵਾ ਕਰਦੇ ਰਹਿਣ। ਬੜੇ ਦੁੱਖ ਦੀ ਗੱਲ ਆ ਜਿਸ ਇਲਾਕੇ ਦੇ ਵਿੱਚੋਂ ਉਸ ਟਾਈਮ 'ਤੇ ਖੂਨ ਦੀ ਹੋਲੀ ਜ਼ਾਲਮਾਂ ਨੇ ਖੇਡੀ
चक चक के नौजवान मारे गए। अज फिर चिट्टे वर्गी लामत इस इलाके दे विच वड्डे पद्धर ते वह मावां दे पुत्तां दीआं जिहड़ियां लाशां विछा रहा नशा चिट्टा मावां दीआं गोदां सुन्नियां कर रहा साढ़े पंथ दे आगू साढ़े ठेकेदार कित्थे हा दे नारे मार रहे आ किहड़ियां भोरियां च वड़ के किहड़ियां बातां पा रहे आ बहुत पंथदर्दी वीर जिहड़े अपने तौर ते जूझ रहे आ। मैं कहिंदा हुंदा वी अज कोई असला चक के लड़न की लोड़ नहीं। कई सानू इधरले पासे कह के भंड दिया जी गर्म गल्लां करदे आ पर जे अज बोट दा राज आ कि साडियां सिखां दीआं वोटां कित्थे जांदियां सारे आगू मैं तां शर्म महसूस होंदी वी सारे आगू रौला पाउंदे वी झूठे सौदे वाला बलात्कारी ते कातल तीजे दिन परोल ते बाहर आ जांदा कि कहिंदे 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 उहदे मगर उहदे चेलिआं दीआं वोटां उह साडियां सिखां दीआं वोटां नहीं पैंदीआं किसे नूं कि साडियां सिखां दीआं वोटां तों बिना पंजाब च पंजाब सरकार बण जांदी आ 3 MP बण 13 MP बण जांदे आ। इस करके साडे आगूआं दी घाट आ साडे अकाल तख्त साहब दे जिहड़े जथेदार आ वो याद ना होण करके जिहड़ा एक निशान साहब थल्ले कट्ठे कौम नूं ना करके वो वोट विखा के सरकार ते कोई दबाव नहीं पा सकदे वी साढ़े 30-35 सालां तों नौजवान कुछ तां साढ़े तुसीं छप्पड़ां ते कुछ दरियावां दे कंढ़ियां ते रोड ते कुछ जेलां विच सारी जिंदगी जिन्हां दी निगाह दित्ती ते साढ़े जसवंत सिंह खालड़ा जिन्हां नूं तुसीं उस सारे मसले नूं चक्कण वास्ते चक के लाश ही बना दिता गैब ही कर दिता गया पर दरगाह दे विच लेखे जिथे इन्हां जालमां दे होणे आ उत्थे साडे जिहड़े पंथ दे ठेकेदार जिहड़े अपने आप नूं बड़े पंथ दे पहरेदार ते आगू खवाउंदे उहनां दे वी होणे आ उहनां नूं वी लेखे देणे पैणे आ। सो आओ समां वाहता नहीं बाला ना लईए जसवंत सिंह जी खालड़ा उहनां दे जीवन ते विद्वान जमेर सिंह दी लिखी हुई बुक जरूर पढ़ लिया जे कुछ ना कुछ अपने दिल नूं उहनां दीआं जिहड़ियां जीवन दीआं घटनावां पढ़ के कुछ तरवास मिलू ते वध तो वध जिहड़ियां संगतां पहुंचदियां हर साल वह बरसी दे फर्ज निभाया करो पर जिथे जिथे कोई कौम दे आगू बाबे वड्डे वड्डे डेरेदार मिलदे आ उहनां नूं वी जरूर कहा करो कि तुसीं इह धन खा के ते इह गुरु घर दीआं माया खा के ऐश प्रस्तियां करके वड्डियां वड्डियां गड्डियां ते रहि के एक दिन उस खप्पण दे थल्ले तुसीं वी आ जाणा ते इत्थों जाणा ते जिहड़ियां मतावां दे पुत्तां नूं खप्पण वी नसीब नहीं होए वह भी दरगाह दे विच गुरु साहिब उहनां नूं किरपा करके आपदे चरणां नाल निवास बख्शन ते पर जिहड़े पंथ दा धन खा के ते वड्डे वड्डे अपराध कर रहे वड्डे वड्डे पाप कर रहे आ इस इलाके च बड़े वड्डे वड्डे ठेकेदार होणे आ। मैं नां नहीं लैंदा एक नौजवान जिहड़ा एक करोड़पति बन के आया वो बीबी चैनल दे उत्ते उहदे घरे तां पंथ दे ठेकेदार विखावे दे लोक पहुँच गए उहनां नूं सरदार जसवंत सिंह खालड़ा दी बरसी भुल गई कि इह दुनियादारी दे विच ही तुसीं गवाचे होए हो। सो गुरु साहिब किरपा करन कि वोटां की खातर राजनीति की खातर ये लोग किड्डे किड्डे डंबर रचदे आ पर सच की गल हकीकत की गल वह किन्नी दूर है इन्हां तों ते महाराज की बाणी कहिंदी उत्थे सचो ही सच निबड़े चुण वख कड़े ज जमालिया गुरु के घर ते सच प्रवान होना। गुरु साहब कृपा करन सारियां संगतां जिहड़ियां पहुंचियां भाई जिन्हां ने अमृत नहीं छकिया अमृत छको नितनेम सिमरन अमृत वाले जागया करो जिहड़े कलयुग के घोर समय तो बच के अपने सिधांत के नाल गुरु ग्रंथ साहब के चरणों नाल जुड़ के ते सच की खातर हा दा नारा मारिया करो। कोई सरकारां मूँह च नहीं पा लैंदियां सच की खातर हा दा नारा मारना अज सानू भी पता कोई हथियारबंद संघर्ष नहीं सिख लड़ रहा वो जदों गुरु साहब ने समा सी सिखां ने पहला पुरातन शस्त्रां नाल भी लड़िया फिर 84 दे विच उस तो बाद किवें सारा संघर्ष जिहड़ा 92 तक चलिया तुहानू पता जिथे सरकारां ने ढिल नहीं गुजारी उत्थे साढ़े नौजवानां ने गुरु कलगियां वाले पातशाह दे बख्शे सिधांत ते चल के सूरा सो पहचानी जो लरे देन के हेत पुरजा पुरजा कट मरे कबू ना छाडे खेत ते भाई जसवंत सिंह खालड़ा वर्गे ये पीड़ दर्द विच लै के किवें शुभ करमण ते कबहू ना डरूं ना डरूं अरसों जब जाए लरूं निश्चय करे अपनी जीत करूं इदां दे सिधांतां नूं हिरदे विच वसा के अपनी कुरबानी दे गए। सो साढ़े नेड़ियों जिहड़े इस संस्था दे नाल भी टैच रहिंदे भाई जसवंत सिंह जी माणक तलवंडी भाई तों लड़ दियां फौजां भाई गुरमीत सिंह जी ये सारे बड़ा दिल विच दर्द आ हरेक थां ते पहुंचदे कौमी मोर्चे च वी जिथे भी ये कोई वड्डा पंथ दा इकट्ठ हुंदा अपने घर दे विचों जिन्नी क महाराज समर्था दित्ती उहदे आधार ते उहदे नाल खर्चा करके संगतां नूं इदां दे कट्ठां विच लै के आउंदे आ दास नूं वी लै के आए आ। सो गुरु साहिब कृपा करन मैं इन्नियां बेनतियां दे नाल गुरु ग्रंथ साहिब तों संगतां तों प्रबंधकां तों खिमा जाचना सैम समा शैंद थोड़ा कना उत्ते लै गया वां मेरे भी दो चाचे एक
ਅਰਸਾਲ ਸਿੰਘ ਜੀ ਆਰਪ ਕੇ ਜੋ ਕਾਲ ਤਖਤ ਸਾਹਿਬ ਤੇ ਸੰਤਾਂ ਦੇ ਨਾਲ ਸ਼ਹੀਦ ਹੋਏ ਸਨ, ਦੂਜਾ ਦੁਰਗਾ ਸਿੰਘ ਆਰਪ ਕੇ ਜਿਹੜੇ ਬ੍ਰਹਮੇਹਣਾ ਦਾ ਸਾਥ ਮਾਣਦੇ ਸ਼ਹੀਦ ਹੋਏ। ਗੁਰੂ ਸਾਹਿਬ ਕਿਰਪਾ ਕਰਨ ਸਾਰੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਿੱਖੀ ਸਦਕ ਭਰੋਸਾ, ਮਨ ਦੀ ਸ਼ਾਂਤੀ ਤੇ ਚੜ੍ਹਦੀ ਕਲਾ ਬਖਸ਼ ਕੇ ਨਿਹਾਲ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।